ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ, ਜੋ ਕਿ ਨਿਕਲ ਕੇ ਆ ਚੁੱਕਿਆ ਹੈ ਜੀ ਪੰਜਾਬ ਆਂਗਨਵਾੜੀ ਦੇ ਵੱਲੋਂ। ਔਰ ਬਹੁਤ ਵਧੀਆ ਰਿਕਰੂਟਮੈਂਟ ਹੈ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ, ਕੌਣ ਕੌਣ ਕੈਂਡੀਡੇਟ ਦੀ ਅਪਲਾਈ ਜਿਹੜਾ ਉਹ ਕਰ ਸਕਦਾ ਜੀ, ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਵੀ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ, ਜਿਹਦੇ ਲਈ ਸਿੰਪਲੀ ਤੁਸੀਂ ਗੂਗਲ 'ਚ ਜਾਣਾ ਹੈ, ਉੱਥੇ ਜਾ ਕੇ ਟਾਈਪ ਕਰਨਾ ਹੋਏਗਾ www.meetacademy.in, ਔਰ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ। ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਤੁਸੀਂ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਜਿਹੜਾ ਤੁਸੀਂ ਕਰ ਸਕਦੇ ਹੋ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਹੀ ਸਕਦੇ ਹੋ, ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਲੈ ਕੇ ਆਉਂਦਾ ਹੀ ਰਹਾਂਗਾ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ। ਸੋ ਨੋਟੀਫਿਕੇਸ਼ਨ ਜਿਹੜਾ ਰਹੇਗਾ ਉਹ ਆਂਗਨਵਾੜੀ ਡਿਪਾਰਟਮੈਂਟ ਦੇ ਵੱਲੋਂ ਹੈ, ਠੀਕ ਹੈ ਜੀ, WCD ਦੇ ਵੱਲੋਂ, ਪੰਜਾਬ WCD ਦੇ ਵੱਲੋਂ। ਔਰ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਇਹਨੂੰ ਵੈਕੈਂਸੀਜ਼ ਦੇ ਲਈ, ਆਲਰੇਡੀ ਜਿਹੜੇ ਆਪਣੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਨੇ ਆਲਰੇਡੀ ਜਿਹੜਾ ਹੈ ਜੀ ਉਹ ਕਰ ਦਿੱਤੀ ਹੈ ਇਹਦੇ ਲਈ ਅਨਾਊਂਸਮੈਂਟ ਕਿ ਇਸ ਦੇ ਵਿੱਚ 3000 ਪਲੱਸ ਵੈਕੈਂਸੀਜ਼ ਦੇ ਲਈ ਜਿਹੜਾ ਹੈ ਜੀ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਲਦ ਹੀ ਆਊਟ ਹੋਣ ਵਾਲਾ ਹੈ। ਅਪਕਮਿੰਗ ਡੇਜ਼ ਦੇ ਵਿੱਚ, ਸਪਤੰਬਰ ਮੰਥ ਦੇ ਵਿੱਚ ਸਾਨੂੰ ਇਹ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜਾਏਗਾ, ਕਿਉਂਕਿ ਆਲਰੇਡੀ ਉਹਨਾਂ ਨੇ ਡੇਟਾ ਜਿਹੜਾ ਹੈ ਉਹ ਤਿਆਰ ਕਰਵਾ ਲਿਆ। ਔਰ ਈਵਨ ਇਹਨਾਂ ਵੈਕੈਂਸੀਜ਼ ਦੇ ਵਿੱਚ ਅਲੱਗ ਅਲੱਗ ਵੈਕੈਂਸੀਜ਼ ਹੋਣਗੀਆਂ, ਚਾਹੇ ਉਹ ਸੁਪਰਵਾਈਜ਼ਰ ਦੀਆਂ ਹੋਣ, ਠੀਕ ਹੈ ਜੀ, ਮਿੰਨੀ ਆਂਗਨਵਾੜੀ ਵਰਕਰ ਦੀਆਂ ਹੋਣ, ਠੀਕ ਹੈ ਜੀ, ਔਰ ਅਸਿਸਟੈਂਟ ਦੀਆਂ ਵੀ ਹੋਣ। ਇਹਦੇ ਵਿੱਚ ਅਲੱਗ ਅਲੱਗ ਵੈਕੈਂਸੀਜ਼ ਹੋਣਗੀਆਂ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਪਾਓਗੇ। ਇਹਦੇ ਵਿੱਚ ਹੈਲਪਰ ਵਰਕਰ ਅਤੇ ਸੁਪਰਵਾਈਜ਼ਰ ਦੀਆਂ ਵੈਕੈਂਸੀਜ਼ ਹੋਣਗੀਆਂ, ਜਿਸ 'ਚ 10ਵੀਂ 12ਵੀਂ ਦੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਹੋਣਗੇ ਅਤੇ ਅਪਲਾਈ ਕਰ ਪਾਣਗੇ। ਇਹ ਅਪਕਮਿੰਗ ਵੈਕੈਂਸੀਜ਼ ਨੇ ਜਿਹੜੀਆਂ ਕਿ ਆਉਣੀਆਂ ਨੇ, ਔਰ ਇਸ ਦੇ ਸੁਪਰਵਾਈਜ਼ਰ ਵੈਕੈਂਸੀਜ਼ ਦੇ ਲਈ ਜਿਹੜਾ ਰਿਟਨ ਐਗਜ਼ਾਮ ਵੀ ਹੋਵੇਗਾ, ਔਰ ਵਰਕਰ ਅਤੇ ਹੈਲਪਰ ਦੇ ਲਈ ਰਿਟਨ ਐਗਜ਼ਾਮ ਨਹੀਂ ਹੋਏਗਾ, ਮੈਰਿਟ ਬੇਸਿਸ 'ਤੇ ਤੁਹਾਡੀ ਇੱਥੇ ਲੱਗੇਗੀ। ਅਤੇ ਇਹਦੇ ਵਿੱਚ 18 ਤੋਂ ਲੈ ਕੇ 35 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਇਸ ਦੇ ਵਿੱਚ ਸਾਰੀਆਂ ਵੈਕੈਂਸੀਜ਼ ਦੇ ਲਈ ਸਿਰਫ ਆਨਲਾਈਨ ਹੀ ਆਵੇਦਨ ਜਿਹੜੇ ਨੇ ਉਹ ਮੰਗੇ ਜਾਂਦੇ ਨੇ, ਤੁਸੀਂ ਇਹਦੇ ਸਿਰਫ ਆਨਲਾਈਨ ਹੀ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਪਾਓਗੇ। ਇਹਦੇ ਲਈ ਸਾਰੇ ਲਿੰਕ ਜਿਹੜੇ ਨੇ ਉਹ ਤੁਹਾਨੂੰ ਡਿਸਕ੍ਰਿਪਸ਼ਨ 'ਚ ਆਲਰੇਡੀ ਮੈਂ ਦੇ ਚੁੱਕਿਆ ਹੈ। ਸੋ ਤੁਸੀਂ ਜਿੱਦਾਂ ਹੀ ਇਹ ਜਿਹੜੀ ਵੀਡੀਓ ਤੁਹਾਨੂੰ ਮੈਂ ਦੱਸ ਰਿਹਾ ਕਿ ਵੀਡੀਓ ਵਿੱਚ ਉਹਨਾਂ ਨੇ ਦੱਸਿਆ ਅਨਾਊਂਸਮੈਂਟ ਕੀਤੀ ਹੈ ਆਪਣੀ, ਉਹਦੀ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮੈਂ ਦੇ ਦੇਵਾਂਗਾ, ਠੀਕ ਹੈ, ਉੱਥੋਂ ਤੁਸੀਂ ਚੈੱਕ ਕਰ ਲਿਓ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ, ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਉਹ ਲੈ ਕੇ ਆਉਂਦਾ ਹੀ ਰਹਾਂਗਾ। ਇਹ ਅੱਜ ਦਾ ਅਪਡੇਟ ਹੈ ਜਿਹੜਾ ਕਿ ਆਂਗਨਵਾੜੀ ਦੇ ਵੱਲੋਂ ਹੋਏਗਾ, ਜਿਹੜਾ ਕਿ ਅਪਕਮਿੰਗ ਡੇਜ਼ ਦੇ ਵਿੱਚ ਆਪਾਂ ਨੂੰ ਸਪਤੰਬਰ ਮੰਥ ਦੇ ਵਿੱਚ ਇਹ ਵੈਕੈਂਸੀਜ਼ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ। ਸੋ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੋਏਗਾ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਅਤੇ ਮਿਲਦਾ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।